ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਪਿਛਲੀ ਵੀਡੀਓ ਦੇ ਵਿੱਚ ਆਪਾਂ ਕੁੰਮੇ ਮਾਸ਼ਕੀ ਜੀ ਦੀ ਛਾਣੇ ਦੇ ਦਰਸ਼ਨ ਕੀਤੇ ਸੀ ਜੀ। ਇਸ ਵੀਡੀਓ ਦੇ ਵਿੱਚ ਆਪਾਂ ਗੁਰਦੁਆਰਾ ਪਿਲਕਣ ਸਾਹਿਬ ਵਿਖੇ ਦੇ ਦਰਸ਼ਨ ਕਰਾਂਗੇ ਜੀ, ਇਤਿਹਾਸ ਬਾਰੇ ਜਾਣਾਂਗੇ ਅਤੇ ਅੱਗੇ ਆਪਾਂ ਪਿੰਡ ਕਾਈਨੌਰ ਵੀ ਚੱਲਾਂਗੇ। ਤਾਂ ਬਣੇ ਰਹੋ ਸਾਡੇ ਨਾਲ ਪੂਰੀ ਵੀਡੀਓ ਦੇ ਵਿੱਚ ਜੀ। ਆਓ ਇਸ ਥਾਂ ਦੇ ਦਰਸ਼ਨ ਕਰਦੇ ਹਾਂ ਜੀ ਅਤੇ ਇਤਿਹਾਸ ਬਾਰੇ ਜਾਣਦੇ ਹਾਂ ਜੀ। ਪਿਛਲੀ ਵੀਡੀਓ ਦੇ ਵਿੱਚ ਆਪਾਂ ਨੇ ਸਾਰਿਆਂ ਨੇ ਮਿਲ ਕੇ ਪਰਿਵਾਰ ਵਿਛੋੜਾ ਸਾਹਿਬ ਅਤੇ ਕੁੰਮੇ ਦੀ ਮਾਸ਼ਕੀ ਦੀ ਛਾਣਾਂ ਦੇ ਦਰਸ਼ਨ ਕੀਤੇ ਸੀ ਜੀ। ਹੁਣ ਆਪਾਂ ਆਏ ਹਾਂ ਜੀ ਗੁਰਦੁਆਰਾ ਪਿਲਕਣ ਸਾਹਿਬ ਵਿਖੇ ਜੀ। ਇਹ ਉਹੀ ਸਥਾਨ ਹੈ ਜਿੱਥੇ ਇੱਕ ਪਿਲਕਣ ਦਾ ਰੁੱਖ ਹੈ ਜਿਸ ਨੂੰ ਨਿੱਕੀਆਂ ਜਿੰਦਾਂ ਧੰਨ ਧੰਨ ਬਾਬਾ ਜ਼ੋਰਾਵਰ ਸਿੰਘ ਜੀ ਅਤੇ ਬਾਬਾ ਫਤਿਹ ਸਿੰਘ ਜੀ ਦੀ ਅਤੇ ਨਾਲ ਹੀ ਦਾਦੀ ਮਾਂ ਮਾਤਾ ਗੁਜਰ ਕੌਰ ਜੀ ਦੀ ਚਰਨ ਛੋਹ ਪ੍ਰਾਪਤ ਹੈ ਜੀ। ਜਿਹੜਾ ਕੁੰਬਾ ਮਾਸ਼ਕੀ ਸੀ ਜੀ, ਉਹ ਮਾਤਾ ਗੁਜਰ ਕੌਰ ਜੀ ਛੋਟੇ ਸਾਹਿਬਜ਼ਾਦਿਆਂ ਨੂੰ ਅਤੇ ਗੰਗੂ ਨੂੰ ਵਿਹੜੇ ਦੇ ਵਿੱਚ ਬਿਠਾ ਕੇ ਜੀ ਇਸ ਜਗ੍ਹਾ ਤੱਕ ਲੈ ਕੇ ਆਇਆ ਸੀ ਜੀ। ਇਸ ਜਗ੍ਹਾ ਤੋਂ ਬਾਅਦ ਗੰਗੂ ਆਪਣੇ ਨਾਲ ਮਾਤਾ ਗੁਜਰ ਕੌਰ ਜੀ ਹੁਣਾਂ ਨੂੰ ਅਤੇ ਸਾਹਿਬਜ਼ਾਦਿਆਂ ਨੂੰ ਆਪਣੇ ਪਿੰਡ ਸਹੇੜੀ ਵੱਲ ਲੈ ਗਿਆ ਸੀ ਜੀ। ਆ ਜਾਓ ਆਪਾਂ ਇਸ ਸਥਾਨ 'ਤੇ ਦਰਸ਼ਨ ਕਰਦੇ ਹਾਂ ਜੀ। ਜਿਹੜਾ ਤੁਸੀਂ ਇਹ ਰੁੱਖ ਦੇਖ ਰਹੇ ਹੋ, ਇਹਦੇ ਨਾਲ ਕੁੰਬਾ ਮਾਸ਼ਕੀ ਜੀ ਆਪਣੀ ਵਿਹੜਾ ਆਪਣਾ ਇਹਦੇ ਨਾਲ ਬੰਨਦਾ ਹੁੰਦਾ ਸੀਗਾ ਜੀ। ਇਹ ਸੋਹਣਾ ਉੱਚਾ ਨਿਸ਼ਾਨ ਸਾਹਿਬ ਝੂਲਦਾ ਹੋਇਆ ਜੀ। ਇਹ ਹੈ ਜੀ ਗੁਰਦੁਆਰਾ ਸਾਹਿਬ ਦਾ ਇਤਿਹਾਸ, ਜਿਸਦਾ ਸਕਰੀਨਸ਼ਾਟ ਲੈ ਕੇ ਤੁਸੀਂ ਇਸ ਨੂੰ ਪੜ੍ਹ ਸਕਦੇ ਹੋ ਜੀ। ਆਪਾਂ ਸਭ ਨੇ ਇਸ ਸਥਾਨ ਦੇ ਦਰਸ਼ਨ ਕਰ ਲਏ ਜੀ। ਹੁਣ ਆਪਾਂ ਅਗਲੀ ਵੀਡੀਓ ਦੇ ਵਿੱਚ ਚੱਲਾਂਗੇ ਪਿੰਡ ਕਾਈਨੌਰ ਵਿਖੇ ਜੀ। ਆਪਾਂ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਾਂਗੇ ਜੀ, ਜਿੱਥੇ ਮਾਤਾ ਗੁਜਰ ਕੌਰ ਜੀ ਅਤੇ ਸਾਹਿਬਜ਼ਾਦਿਆਂ ਨੇ ਦੂਸਰੀ ਰਾਤ ਗੁਜ਼ਾਰੀ ਸੀ ਜੀ। ਇਹ ਹੈ ਜੀ ਗੁਰਦੁਆਰਾ ਸ਼੍ਰੀ ਕੰਗਾ ਸਾਹਿਬ ਜੀ, ਜਿਸ ਸਥਾਨ 'ਤੇ ਦਸਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਕੰਗਾ ਕੀਤਾ ਸੀ ਜੀ। ਸਾਹਮਣੇ ਉਹ ਸਥਾਨ ਹੈ ਜੀ ਜਿੱਥੇ ਦਸਵੇਂ ਪਾਤਸ਼ਾਹ ਨੇ ਕੰਗਾ ਕੀਤਾ ਸੀ ਜੀ। ਇਸ ਸਥਾਨ ਉੱਤੇ ਮਾਤਾ ਗੁਜਰ ਕੌਰ ਜੀ ਅਤੇ ਛੋਟੇ ਸਾਹਿਬਜ਼ਾਦੇ ਵੀ ਆਏ ਸਨ ਜੀ। ਗੁਰੂ ਗੋਬਿੰਦ ਸਿੰਘ ਜੀ ਮਾਤਾ ਗੁਜਰ ਕੌਰ ਜੀ ਤੋਂ ਦੇ ਆਉਣ ਤੋਂ ਪਹਿਲਾਂ ਇੱਕ ਦਿਨ ਪਹਿਲਾਂ ਇਸ ਸਥਾਨ ਨੂੰ ਛੱਡ ਗਏ ਸਨ ਜੀ, ਇਸ ਸਥਾਨ ਤੋਂ ਚਲੇ ਗਏ ਸਨ ਜੀ। ਅਤੇ ਮਾਤਾ ਗੁਜਰ ਕੌਰ ਜੀ ਇੱਕ ਦਿਨ ਬਾਅਦ ਇਸ ਸਥਾਨ ਉੱਤੇ ਆਏ ਸਨ ਜੀ। ਜੇਕਰ ਦਸਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਇੱਕ ਦਿਨ ਇਸ ਜਗ੍ਹਾ ਦੇ ਉੱਤੇ ਹੋਰ ਰੁਕਦੇ ਤਾਂ ਉਹ ਮਾਤਾ ਗੁਜਰ ਕੌਰ ਜੀ ਅਤੇ ਛੋਟੇ ਸਾਹਿਬਜ਼ਾਦਿਆਂ ਨੂੰ ਮਿਲ ਸਕਦੇ ਸੀ ਜੀ। ਇਹ ਆ ਜੀ ਸਾਹਮਣੇ ਮੇਨ ਸਥਾਨ ਜੀ, ਅਤੇ ਇਹ ਬਣਾਤਾ ਹੁਣ ਨਵਾਂ ਸਥਾਨ ਜੀ। ਇਹ ਹੈ ਜੀ ਗੁਰਦੁਆਰਾ ਸਾਹਿਬ ਦਾ ਇਤਿਹਾਸ, ਜਿਸਦਾ ਸਕਰੀਨਸ਼ਾਟ ਲੈ ਕੇ ਤੁਸੀਂ ਪੜ੍ਹ ਸਕਦੇ ਹੋ ਜੀ। ਆਪਾਂ ਜੀ ਇਹ ਸੀਰੀਜ਼ ਪਰਿਵਾਰ ਵਿਛੋੜਾ ਸਾਹਿਬ ਤੋਂ ਸ਼ੁਰੂ ਕੀਤੀ ਸੀ ਜੀ। ਉੱਥੇ ਦਸਵੇਂ ਪਾਤਸ਼ਾਹ ਅਤੇ ਉਹਨਾਂ ਦਾ ਪਰਿਵਾਰ ਖੇਰੂ ਖੇਰੂ ਹੋ ਗਿਆ ਸੀ ਜੀ। ਮਾਤਾ ਗੁਜਰ ਕੌਰ ਜੀ ਅਤੇ ਛੋਟੇ ਸਾਹਿਬਜ਼ਾਦੇ
ਉਸ ਤੋਂ ਬਾਅਦ ਕੰਢੇ ਕੰਢੇ ਸਰਸਾ ਨਦੀ ਦੇ ਕੰਢੇ ਕੰਢੇ ਤੁਰਦੇ ਹੋਏ ਕੁੰਮੇ ਮਾਸ਼ਕੀ ਦੀ ਛੰਨ ਵਿਖੇ ਪਹੁੰਚੇ ਸੀ ਜੀ। ਉੱਥੇ ਉਹਨਾਂ ਨੇ ਰਾਤ ਗੁਜ਼ਾਰੀ। ਅਗਲੇ ਦਿਨ ਉਹ ਗੰਗੂ ਨਾਲ ਇਸ ਥਾਂ 'ਤੇ ਪੁੱਜੇ ਸਨ ਜੀ। ਗੰਗੂ ਆਪਣੇ ਪਿੰਡ ਵਿੱਚ ਲੈ ਕੇ ਜਾਣ ਤੋਂ ਪਹਿਲਾਂ ਉਹਨਾਂ ਨੂੰ ਇੱਥੇ ਇਸ ਥਾਂ 'ਤੇ ਰੁਕ ਗਿਆ ਸੀ ਜੀ, ਕਿਉਂਕਿ ਉਸਦੇ ਮਨ ਵਿੱਚ ਲਾਲਚ ਆ ਗਿਆ ਸੀ ਜੀ। ਉਹਨਾਂ ਨੇ ਮਾਤਾ ਗੁਜਰ ਕੌਰ ਜੀ ਨੇ ਅਤੇ ਛੋਟੇ ਸਾਹਿਬਜ਼ਾਦਿਆਂ ਨੇ ਪੋਹ ਦੀ ਠੰਡੀ ਰਾਤ ਖੁੱਲ੍ਹੇ ਅਸਮਾਨ ਹੇਠ ਇਸ ਜਗ੍ਹਾ 'ਤੇ ਬਹੁਤ ਹੀ ਠੰਡ ਵਿੱਚ ਗੁਜ਼ਾਰੀ ਸੀ ਜੀ। ਆਓ ਆਪਾਂ ਇਸ ਥਾਂ ਦੇ ਦਰਸ਼ਨ ਕਰਦੇ ਹਾਂ ਜੀ। ਇਹ ਬਣਿਆ ਹੋਇਆ ਪਵਿੱਤਰ ਸਰੋਵਰ ਸਾਹਿਬ ਜੀ, ਇਸ ਜਿਸ ਜਗ੍ਹਾ ਦੇ ਉੱਤੇ ਇਹ ਗੁਰਦੁਆਰਾ ਸਾਹਿਬ ਹੁਣ ਸੁਸ਼ੋਭਿਤ ਆ ਜੀ, ਬਣਿਆ ਹੋਇਆ ਆ ਸੁੰਦਰ ਅਸਥਾਨ ਜੀ। ਇਸ ਜਗ੍ਹਾ ਦੇ ਉੱਤੇ ਪਹਿਲਾਂ ਛੱਪੜ ਹੁੰਦਾ ਸੀਗਾ। ਮਾਤਾ ਗੁਜਰ ਕੌਰ ਜੀ ਅਤੇ ਛੋਟੇ ਸਾਹਿਬਜ਼ਾਦੇ ਜੀ ਛੱਪੜ ਦੇ, ਜਾਣੀ ਕਿਹਾ ਜਾਂਦਾ ਇਤਿਹਾਸ ਅਨੁਸਾਰ ਵੀ ਉਹਨਾਂ ਨੇ ਇਸੇ ਛੱਪੜ ਦੇ ਵਿੱਚ ਜੀ ਪੰਜ ਇਸ਼ਨਾਨਾ ਕੀਤਾ ਸੀ ਅਤੇ ਪਾਣੀ ਵੀ ਪੀਤਾ ਸੀਗਾ ਜੀ। ਇਹ ਉਹ ਅਸਥਾਨ ਆ ਜੀ। ਆ ਜਾਓ ਆਪਾਂ ਚੱਲਦੇ ਹਾਂ ਗੁਰਦੁਆਰਾ ਸਾਹਿਬ ਦੇ ਅੰਦਰ ਅਤੇ ਦਰਸ਼ਨ ਕਰਦੇ ਹਾਂ ਜੀ। ਇਹ ਸੋਹਣਾ ਉੱਚਾ ਨਿਸ਼ਾਨ ਸਾਹਿਬ ਝੂਲਦਾ ਹੋਇਆ ਜੀ। ਆਓ ਚੱਲੀਏ ਦਰਬਾਰ ਸਾਹਿਬ ਦੇ ਅੰਦਰ ਨੂੰ ਜੀ। ਦਰਸ਼ਨ ਕਰ ਲੈਂਦੇ ਹਾਂ ਆਪਾਂ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਜੀ। ਅਤੇ ਇਹ ਬਣਿਆ ਹੋਇਆ ਸਾਹਮਣੇ ਲੰਗਰ ਹਾਲ ਜੀ, ਜਿਸ ਜਗ੍ਹਾ ਤੋਂ ਤੁਸੀਂ 24 ਘੰਟੇ ਜਦੋਂ ਮਰਜ਼ੀ ਜੀ ਪ੍ਰਸ਼ਾਦਾ ਪਾਣੀ ਛਕ ਸਕਦੇ ਹੋ ਜੀ। ਜੇਕਰ ਕਿਸੇ ਨੇ ਗੁਰਦੁਆਰਾ ਸਾਹਿਬ ਦੇ ਵਿੱਚ ਰੁਕਣਾ ਹੋਵੇ, ਕਿਸੇ ਨੂੰ ਹਨੇਰਾ ਹੋ ਜਾਵੇ ਜੀ, ਤਾਂ ਇਸ ਜਗ੍ਹਾ ਦੇ ਉੱਤੇ ਮੰਜੇ ਬਿਸਤਰੇ ਦਾ ਰੂਮ ਦਾ ਪ੍ਰਬੰਧ ਵੀ ਹੈਗਾ ਜੀ। ਕਿਸੇ ਵੇਲੇ ਵੀ ਤੁਸੀਂ ਆ ਸਕਦੇ ਹੋ ਜੀ, ਪ੍ਰਸ਼ਾਦਾ ਪਾਣੀ ਛਕ ਸਕਦੇ ਹੋ ਜੀ ਅਤੇ ਉਰੇ ਰਹਿ ਵੀ ਸਕਦੇ ਹੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਆਪਾਂ ਸਭ ਨੇ ਮਿਲ ਕੇ ਇਸ ਥਾਂ ਦੇ ਦਰਸ਼ਨ ਕਰ ਲਏ ਨੇ ਜੀ। ਅਗਲੀ ਵੀਡੀਓ ਦੇ ਵਿੱਚ ਆਪਾਂ ਦਰਸ਼ਨ ਕਰਾਂਗੇ ਗੰਗੂ ਦੇ ਪਿੰਡ ਸਹੀੜੀ ਦੇ ਜੀ। ਵੀਡੀਓ ਕਿਵੇਂ ਲੱਗੀ ਕਮੈਂਟ ਕਰਕੇ ਜ਼ਰੂਰ ਦੱਸਿਓ। ਵੀਡੀਓ ਨੂੰ ਲਾਈਕ ਕਰ ਦਿਓ, ਚੈਨਲ ਸਬਸਕ੍ਰਾਈਬ ਕਰ ਦਿਓ ਅਤੇ ਬੈਲ ਆਈਕਨ ਦੱਬਣਾ ਨਾ ਭੁੱਲਿਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ।